ਕਿਸੇ ਦੌਰ ਦੇ ਵਿੱਚ ਨਾ ਕੋਈ ਅਕਬਰ ਬਾਦਸ਼ਾਹ ਹੋਇਆ ਤੇ ਅਕਬਰ ਬਾਦਸ਼ਾਹ ਦੇ ਦੋ ਵਜ਼ੀਰ ਸਨ ਇੱਕ ਦਾ ਨਾਂ ਸੀ ਮੁੱਲਾ ਦੋ ਪਿਆਜ਼ਾ ਤੇ ਇੱਕ ਵਜ਼ੀਰ ਦਾ ਨਾਂ ਸੀ ਬੀਰਬਲ ਜਿਹੜਾ ਮੁੱਲਾ ਦੋ ਪਿਆਜ਼ਾ ਸੀ ਇਹ ਮੁਸਲਮਾਨ ਸੀ ਤੇ ਜਿਹੜਾ ਬੀਰਬਲ ਸੀ ਨਾ ਇਹ ਹਿੰਦੂ ਮਰਦ ਸੀ ਇੱਕ ਦਿਨ ਬਾਦਸ਼ਾਹ ਆਪਣੇ ਵਜ਼ੀਰ ਬੀਰਬਲ ਨੂੰ ਆਖਣ ਲੱਗਾ ਕਿ ਕੋਈ ਉਹ ਕੰਮ ਦੱਸ ਜਿਹੜਾ ਔਖਾ ਹੈ ਮੇਰਾ ਮਤਲਬ ਮੈਂ ਇਸ ਵੇਲੇ ਮੁਲਕ ਦਾ ਬਾਦਸ਼ਾਹ ਆ ਤੇ ਜੋ ਚਾਹਾਂ ਮੈਂ ਕਰ ਸਕਣਾ ਮੇਰੀ ਇੰਨੀ ਤਾਕਤ ਹੈ ਵੇ ਮਤਲਬ ਮੇਰਾ ਚੱਲਦਾ ਹੈ ਤੇ ਕੋਈ ਔਖਾ ਕੰਮ ਦੱਸ ਤਬੀਰ ਬਾਲਾ ਅੱਖ ਲਗਾ ਵੀ ਬਾਦਸ਼ਾਹ ਕੰਮ ਦੁਨੀਆ ਤੇ ਬੇਬਾ ਔਖੇ ਤੂੰ ਔਖੇ ਨੇ ਮੁੰਜ ਸਭ ਤੋਂ ਔਖਾ ਕੰਮ ਏ ਵੇ ਕਿਸੇ ਕਲੋਂ ਸਾਖ ਲੈਣਾ ਸਾਖ ਮੰਗਣਾ ਇਹ ਰਿਸ਼ਤਾ ਲੈਣਾ ਤੇ ਬਾਦਸ਼ਾਹ ਸਿਆ ਆਖਣ ਲਗਾ ਕਮਲਿਆ ਤੈਨੂੰ ਆਖਿਆ ਕੋਈ ਔਖਾ ਕੰਮ ਦਾਸ ਇਹ ਕਿੱਡਾ ਕਰ ਔਖਾ ਕੰਮ ਤੇ ਗੁਬੀਰਬਲ ਵੀ ਆਸ ਪਿਆ ਸਾਖਿਆ ਬਾਦਸ਼ਾਹ ਜਿੰਨੂੰ ਤੂੰ ਐਵੇਂ ਜੇ ਸਮਝ ਛੜਿਆ ਨਾ ਕੰਮ ਇਹ ਦਾਸ ਔਖਾ ਨਹੀਂ ਕਿ ਹੇਕਰੋਂ ਸਾਖ ਲੈਣਾ ਵੇ ਬਾਦਸ਼ਾਹ ਆਸ ਕਿਤੇ ਆ ਆਖਨ ਲਗਾ ਵੀ ਨਹੀਂ ਤੇਨ ਮੇਰੀ ਗੱਲ ਦੀ ਸਮਝ ਨਹੀਂ ਆਈ ਮੈਂ ਇਸ ਵੇਲੇ ਬਾਦਸ਼ਾਹਾਂ ਵਾਂ ਜੋ ਚਾਹਾਂ ਕਰ ਸਕਨਾ ਵਾਂ ਜਿੰਨੂੰ ਸਾਖ ਆਖ ਮੈਨੂੰ ਤਾਂ ਕਿਸੇ ਨੇ ਨਾ ਹੀ ਨਹੀਂ ਕਰਨੀ ਤੇ ਬੀਰਬਾਲ ਆਖਨ ਲਗਾ ਵੀ ਆਓ ਜਿਹੜਾ ਝਾੜੂ ਪਿਆ ਮਾਰਦਾ ਨਾ ਤੂੰ ਇਹਦੇ ਕੋਲੋਂ ਹੀ ਸਾਖ ਲੈ ਕੇ ਬਹਾ ਹਾਂ ਤੇ ਬਾਦਸ਼ਾਹ ਆਖਿਆ ਇਹ ਕਿੱਡਾ ਕੰਮ ਹੈ ਨਵਾਜ਼ ਮਾਰ ਉਪਰ ਉਪਰਾਂ ਉਹ ਸਫਾਈ ਕਰਨ ਵਾਲਾ ਕੋਈ ਵੀ ਮੁਲਾਜ਼ਮ ਸੀ ਉਹਦਾ ਚਲੋ ਦੱਸ ਦੇ ਨੇ ਵੀ ਉਹ ਸਾਈ ਮਰਦ ਸੀ 크ਰਿਸਚੀਅਨ ਸੀ ਉਹਨੂੰ ਜਿਹੜੇ ਵੇਲੇ ਬੁਲਾਇਆ ਤੇ ਬਾਦਸ਼ਾਹ ਨੇ ਆਖਿਆ ਵੀ ਮੈਨੂੰ ਆਪਣੀ ਬੱਚੀ ਦਾ ਰਿਸ਼ਤਾ ਦੇ ਸਾਂ ਉਹਨੇ ਗੱਲ ਸੁਣੀ ਤੇ ਉਹਨੇ ਆਖਿਆ ਬਾਦਸ਼ਾਹ ਮੈਨੂੰ ਕੁ ਸੋਚਣ ਦਾ ਮੌਕਾ ਦੇ ਮੈਂ ਤੈਨੂੰ ਵੱਡੇ ਵੇਲੇ ਦੱਸਾਂਗਾ ਇਹ ਠੀਕ ਹੈ ਚਲੋ ਜਿਹੜੇ ਵੇਲੇ ਅਗਲਾ ਹਲਕ ਹੋਇਆ ਨਾ ਤੇ ਉਹ ਜਿਹੜਾ 크ਿਸਚੀਅਨ ਹੈ ਸਾਈ ਉਹ ਆਇਆ ਹੀ ਨਾ ਤੇ ਬਾਦਸ਼ਾਹ ਆਖਿਆ ਵੀ ਅੱਜ ਮੁਲਾਜ਼ਮ ਆਇਆ ਨਹੀਂ ਸਫਾਈ ਕਰਨ ਆਲਾ ਤੇ ਵੀ ਉਹ ਬਾਰ ਫੇਰ ਮੁਸਕਰਾਇਆ ਚਲੋ ਮੀਰਵਾਲਾ ਖਨਗਾ ਬਾਦਸ਼ਾਹ ਕੋ ਮਜਬੂਰੀ ਵੀ ਹੁੰਦੀ ਹੈ ਕੋਈ ਛੁੱਟੀ ਕਰ ਗਿਆ ਹੁਣ ਵਿਚਲੀ ਗੱਲ ਦਾ ਉਹਨੂੰ ਸਮਝ ਆ ਗਏ ਚਲੋ ਅਗਲਾ ਹਲਕ ਹੋਇਆ ਨਾ ਤੇ ਉਹ ਫੇਰ ਨਾ ਆਇਆ ਬਾਦਸ਼ਾਹ ਨੂੰ ਤਜਸਸ ਹੋਇਆ ਹੈਰਾਨਗੀ ਹੋਈ ਵੀ ਅੱਜ ਫੇਰ ਨਹੀਂ ਉਹ ਆਇਆ ਤੇ ਬੀਰਬਲ ਫੇਰ ਮੁਸਕਰਾ ਕੇ ਆਖਣਾ ਬਾਦਸ਼ਾਹ ਕੋਈ ਮਜਬੂਰੀ ਵੀ ਹੋਣੀ ਹੈ ਕਿ ਵਜ੍ਹਾ ਤੋਂ ਉਹਨੇ ਛੁੱਟੀ ਕਰ ਲਈ ਹੋਣੀ ਚਲੋ ਜਦੋਂ ਤੀਜਾ ਭਾਲ ਕੋਇਆ ਤੇ ਉਹ ਫੇਰ ਕੋ ਨਾ ਆਇਆ ਤੇ ਬੀਰਬਲ ਆਖਿਆ ਬਾਦਸ਼ਾਹ ਉਹਨੇ ਕੋ ਨਹੀਂ ਆਉਣਾ ਉਹਨੇ ਆਪਣੇ ਮੁਲਾਜ਼ਮਾਂ ਨੂੰ ਇਹ ਹੁਕਮ ਦਿੱਤਾ ਵੀ ਜਾਓ ਉਹਨੂੰ ਲੈ ਕੇ ਆਓ ਮੇਰੇ ਦਰਬਾਰ ਦੇ ਵਿੱਚ ਉਹ ਜਿਹੜੇ ਮੇਰੇ ਮੁਲਾਜ਼ਮ ਗਏ ਤੇ ਜਾ ਕੇ ਨਾ ਤੇ ਉਹਨੂੰ ਆਖਿਆ ਵੀ ਬਾਦਸ਼ਾਹ ਤੈਨੂੰ ਪੈਸਾ ਦੈ ਤੇ ਉਹ ਆਂਦਾ ਆ ਕੰਮ ਨਹੀਂ ਕਰਨਾ ਉਹ ਸਾਕਿਆ ਕੰਮ ਮੀ ਨਹੀਂ ਕਰਨਾ ਤੇ ਬਾਦਸ਼ਾਹ ਨੂੰ ਆਖਿਓ ਕਿ ਮੈਂ ਰਿਸ਼ਤਾ ਵੀ ਨਹੀਂ ਦੇਣਾ ਮੈਂ ਬੱਚੀ ਦਾ ਰਿਸ਼ਤਾ ਤੇਰੇ ਨਾਲ ਨਹੀਂ ਕਰਨਾ ਚਲੋ ਨਾ ਜਾ ਕੇ ਬਾਦਸ਼ਾਹ ਨੂੰ ਇਹ ਗੱਲ ਦੱਸੇ ਵੀ ਉਹਨੇ ਨਾ ਕਰ ਛੜੀ ਵੀ ਕੰਮ ਵੀ ਨਹੀਂ ਕਰਨਾ ਤੇ ਤੈਨੂੰ ਰਿਸ਼ਤਾ ਵੀ ਆਪਣੀ ਬੇਟੀ ਦਾ ਨਹੀਂ ਦੇਣਾ ਬਾਦਸ਼ਾਹ ਆਖਿਆ ਠੀਕ ਹੈ ਮੈਨੂੰ ਗੱਲ ਦੀ ਸਮਝ ਆ ਗਈ ਪਰ ਇੱਕ ਵਾਰੀ ਉਹਨੂੰ ਬੁਲਾਓ ਤੇ ਸਹੀ ਉਨਾਂ ਆਖੋ ਨਾ ਕਰੇ ਕੰਮ ਨਾ ਦੇਵੀ ਰਿਸ਼ਤਾ ਪਰ ਗੱਲ ਤੇ ਸੁਣ ਜਾਣਾ ਚਲੋ ਗੇ ਮਲਾਜ਼ਮ ਫੇਰ ਜਾ ਕੇ ਤਰਲੇ ਨਾਲ ਆਖਿਆ ਵੀ ਬਾਦਸ਼ਾਹ ਆਂਦਾ ਵੀ ਨਾ ਦੇਈ ਰਿਸ਼ਤਾ ਨਾ ਕਰੇ ਕੰਮ ਗੱਲ ਤੇ ਸੁਣ ਜਾਣਾ ਉਸ ਆਖਿਆ ਚਲੋ ਘਰ ਸੌਣੇ ਆ ਬਾਦਸ਼ਾਹ ਦੇ ਉਹ ਆਇਆ ਤੇ ਬਾਦਸ਼ਾਹ ਦੇ ਰੂਬ ਰੋਜ ਦੁਖ ਲੋਤਾ ਨਾ ਤੇ ਬਾਦਸ਼ਾਹ ਆਖਿਆ ਭਈ ਠੀਕ ਹੈ ਨਾ ਕਰੇ ਕੰਮ ਨਾ ਦੇਈ ਰਿਸ਼ਤਾ ਤੇ ਉਹਨੇ ਕੀ ਗੱਲ ਉਸ ਆਖਿਆ ਬਾਦਸ਼ਾਹ ਮੈਨੂੰ ਵਾਰਾ ਨਹੀਂ ਖਾਂਦਾ ਤੈਨੂੰ ਆਪਣੀ ਬੇਟੀ ਦਾ ਰਿਸ਼ਤਾ ਦਵਾ ਇੱਕ ਤਾਂ ਸਾਡੇ ਮਜ਼ਬਦ ਦਾ ਨਹੀਂ ਦੂਜੇ ਨੰਬਰ ਤੇ ਸਾਡੀ ਤੇਰੀ ਬਲਾਦਰੀ ਮੈਚ ਨਹੀਂ ਹੁੰਦੀ ਮੈਨੂੰ ਵਾਰਾ ਨਹੀਂ ਖਾਂਦਾ ਮੀਰ ਬਲ ਕੋਲ ਹੀ ਖਲੋਤਾ ਸੀ ਵਜ਼ੀਰ ਸੀ ਨਾ ਉਸ ਆਖਿਆ ਬਾਦਸ਼ਾਹ ਤੈਨੂੰ ਮੈਂ ਆਖਿਆ ਸੀ ਕੰਮ ਹੋਰ ਵੀ ਬੇਬਾਬ ਕਹਿੰਨੇ ਪਰ ਕਿਸੇ ਕਨੂੰ ਸਾਖ ਲੈਣਾ ਕੰਮ ਬਹੁਤ ਆਖਿਆ ਜਦੋਂ ਐਡਾ ਇਹ ਗੱਲ ਖਤਮ ਹੋ ਗਈ ਜਦੋਂ ਐਡਾ ਔਖਾ ਕੰਮ ਕੀਤਾ ਹੋਵੇ ਦੋ ਖਾਨਦਾਨ ਜੁੜੇ ਹੋਣ ਤੇ ਤੁਹਾਨੂੰ ਕੀ ਲੱਗਦਾ ਵੇ ਕਿ ਇਹ ਸਾਰਿਆਂ ਨੂੰ ਸਖੰਦਾ ਹੈ ਨਹੀਂ ਉਹ ਜਿੰਨੇ ਆਖਿਆ ਸੀ ਕਿ ਮਾਲਕਾ ਮੈਨੂੰ ਮੌਕਾ ਦੇ ਮੈਂ ਤੇਰੀ مخلوਕ ਨੂੰ ਇਨਸਾਨਾਂ ਨੂੰ ਵਰਗ ਲਾਵਾਂ ਦਾ ਉਹਨੂੰ ਬਰਦਾਸ਼ਤ ਹੁੰਦਾ ਨਹੀਂ ਬੜੀ ਕੋਸ਼ਿਸ਼ ਕਰਦਾ ਹੈ ਬਲੀਸ ਸ਼ੈਤਾਨ ਵੀ ਇਹ ਰਿਸ਼ਤਾ ਤੋੜ ਨਾ ਚੜੇ ਫਿਰ ਜਦੋਂ ਤੋੜ ਚੜਦਾ ਮੇਰਾ ਮਤਲਬ نکاح ਹੋ ਜਾਂਦਾ ਦੋ ਖਾਨਦਾਨ ਮਿਲਦੇ ਨੇ ਫਿਰ ਉਹ ਮੀਆਂ بیوی ਦੇ ਵਿੱਚ ਇਖਤਲਾਫ ਪੈਦਾ ਕਰਦਾ ਇੱਕ ਦੂਜੇ ਦੇ ਬਾਰੇ ਮੀਆਂ بیوی ਨੂੰ ਵਰਗ ਲਾਂਦਾ ਆਪਣੀਆਂ ਚਾਲਾਂ ਚੱਲਦਾ ਜਿਹੜੇ ਮੇਰਾ ਮਤਲਬ ਹੈ دین ਇਸਲਾਮ ਤੂੰ ਜਾਂ ਇਹਨਾਂ ਚੀਜ਼ਾਂ ਤੋਂ ਵਾਕਿਫ ਨਾ ਹੋਣ ਉਹ ਦੀਆਂ ਗੱਲਾਂ ਦੇ ਵਿੱਚ ਆ ਜਾਂਦੇ ਨੇ ਭੁੜਕ ਡੰਡਿਓਂ ਪਾਰ ਹੁੰਦੇ ਨੇ ਤੇ ਗੱਲ ਨੋਬਤ ਟੁਰ ਜਾਂਦੀ ਹੈ ਤਲਾਕ ਤੱਕ ਇੱਕ ਦਿਨ ਅਬلیس ਬੈਠਾ ਸੀ ਸ਼ੈਤਾਨ ਤਖਤ ਲਾ ਕੇ ਬੈਠਾ ਸੀ ਤੇ ਆਪਣੇ ਚੇਲਿਆਂ ਨੂੰ ਆਖਣ ਲੱਗਾ ਹਾਂ ਵੀ ਤੂੰ ਕੀ ਕੀਤਾ ਤੇ ਇੱਕ ਚੇਲਾ ਆਖਣ ਲੱਗਾ ਜੀ ਮੈਂ ਲੜਾਈ ਕਰਾਈ ਉਹਨੇ ਆਖਿਆ ਬੜਾ ਕੰਮ ਕੀਤਾਈ ਬਈ ਦੂਜੇ ਨੇ ਪੁੱਛਿਆ ਤੂੰ ਅੱਜ ਕੀ ਕੀਤਾ ਹੈ ਮੈਂ ਉਕਸਾ ਕੇ ਨਾ ਤੇ ਮੈਂ ਕਤਲ ਕਰਾਇਆ ਆ ਆਖਿਆ ਬੜਾ ਕੰਮ ਕੀਤਾਈ ਭਾਈ ਤੀਜੇ ਨੂੰ ਪੁੱਛਿਆ ਤੂੰ ਕੀ ਕੀਤਾ ਭਾਈ ਉਹਨੇ ਆਖਿਆ ਮੈਂ ਸ਼ਰਾਬ ਜ਼ਨਾ ਵਗੈਰਾ ਵਗੈਰਾ ਇੰਜ ਦੇ ਕੰਮ ਕਰੂ ਸਾਖਾ ਤੂੰ ਵੀ ਬੜਾ ਕੰਮ ਕੀਤਾ ਇੱਕ ਨੂੰ ਨੇ ਪੁੱਛਿਆ ਹਾਂ ਭਾਈ ਤੂੰ ਕੀ ਕੀਤਾ ਉਹ ਸਾਖਿਆ ਮੈਂ ਅੱਜ ਤਲਾਕ ਕਰਾ ਕੇ ਆਇਆ ਉਹ ਸਾਖਿਆ ਤੂੰ ਮੇਰੇ ਨਾਲ ਇਥੇ ਨਿਸ਼ੀਸਤ ਦੇ ਮੇਰੇ ਨਾਲ ਬਰਾਬਰ ਬੈ ਇਹ ਜਿੰਨੇ ਵੀ ਕੰਮ ਕਰਕੇ ਆਏ ਨੇ ਨਾ ਇਹਨਾਂ ਸਾਰਿਆਂ ਨਾਲੋਂ ਵੱਡਾ ਕੰਮ ਜਿਹੜਾ ਹੈ ਨਾ ਅਹਮਕਾਰ ਨਾਲ ਮਤੂੰ ਕਰਕੇ ਆਇਆ ਉਹ ਦੋ ਖਾਨਦਾਨਾਂ ਨੂੰ ਤਬਾਹ ਕਰ ਆਇਆ ਮਤਲਬ ਤੂੰ ਸ਼ੈਤਾਨ ਵਾਲਾ ਬੜਾ ਵੱਡਾ ਕੰਮ ਕਰਕੇ ਆਇਆ ਅਸਲ ਕੰਮ ਇਹ ਵੇ ਕਿ ਉਹਨਾਂ ਦੀਆਂ ਜ਼ਿੰਦਗੀਆਂ ਤਬਾਹ ਕਰ ਆਇਆ ਇਹ ਜਿਨ੍ਹਾਂ ਲੋਕਾਂ ਨੂੰ ਇਸ ਗੱਲ ਦਾ ਭਲੇਖਾ ਹੁੰਦਾ ਹੈ ਜਿਨ੍ਹਾਂ ਲੋਕਾਂ ਨੂੰ ਇਸ ਗੱਲ ਦਾ ਚਾਅ ਚੜਿਆ ਹੁੰਦਾ ਪਾਵੇਂ ਔਰਤ ਤੇ ਪਾਵੇਂ ਮਰਦ ਸਾਰੇ ਗੱਲ ਮੇਰੀ ਧਿਆਨ ਦੇ ਨਾਲ ਸੁਣ ਲਓ ਜਿਨ੍ਹਾਂ ਨੂੰ ਇਸ ਗੱਲ ਦਾ ਬੜਾ ਹੁੰਦਾ ਨਾ ਕਿ ਮੈਂ ਇਹ ਛੱਡ ਛੜਾਂ ਤੇ ਅਗੋਂ ਮੈਂ ਹੋਰ ਕਰ ਲਾਂ ਤੇ ਯਾਦ ਰੱਖਿਓ ਜੋ ਸੁਆਦ ਨਹੀਂ ਰਹਿੰਦਾ ਸੁਆਦ ਹੋ ਰਹਿੰਦਾ ਹੀ ਨਹੀਂ ਜਦੋਂ ਤਲਾਕ ਹੋ ਜਾਂਦੀ ਹੈ ਅੱਲਾ ਮਾਫ ਕਰੇ ਮੈਨੂੰ ਤੇ ਨਾਂ ਲੈਂਦਿਆਂ ਮੇਰਾ ਮਤਲਬ ਉਹ ਤਰੇਲੀ ਪਈ ਹੁੰਦੀ ਹੈ ਜਦੋਂ ਤਲਾਕ ਹੋ ਜਾਂਦੀ ਹੈ ਦੋਵਾਂ ਦੀ ਉਹ ਗੱਲ ਨਹੀਂ ਰਹਿੰਦੀ ਪਾਵੇਂ ਔਰਤ ਤੇ ਪਾਵੇਂ ਮਰਦ ਜਿਹੜੇ ਖਾਨਦਾਨੀ ਲੋਕ ਹੁੰਦੇ ਨੇ ਸਿਆਣੇ ਲੋਕ ਹੁੰਦੇ ਨੇ ਦਾਣਾ ਲੋਕ ਹੁੰਦੇ ਨੇ ਉਹਨਾਂ ਵਾਸਤੇ ਬੜਾ ਵੱਡਾ ਮਿਹਣਾ ਹੁੰਦਾ ਤਲਾਕ ਲੇਕਿਨ ਇਹ ਢੀ ਸ਼ਰਾ ਵਧੀ ਕਿਉਂ ਮੈਂ ਜਾਓ ਕਚਹਿਰੀਆਂ ਦੇ ਵਿੱਚ ਵੇਖ ਲਓ ਥਾਣਿਆਂ ਚ ਵੇਖ ਲਓ ਆਪਣੇ ਆਲੇ ਦੁਆਲੇ ਰਿਸ਼ਤੇਦਾਰਾਂ ਦੀ ਵਿੱਚ ਵੇੜੇ ਹਾਲੇ ਚਾਤੀ ਮਾਰ ਲਓ ਤਲਾਕ ਦੀ ਸ਼ਰਾ ਵਧੀ ਨਹੀਂ ਕਿਉਂ ਵਧੀ ਵਧੀ ਇਸ ਵਾਸਤੇ ਵੀ ਔਰਤਾਂ دین ਇਸਲਾਮ ਦਾ ਮਤਲਆ ਕਰਨ ਦੀ ਬਜਾਏ ਡਰਾਮੇ ਨੂੰ ਤਰਜੀਹ ਦਿੰਦੀਆਂ ਨੇ ਮੋਬਾਈਲ ਬੜੇ ਫਾਇਦੇ ਨੇ ਮੋਬਾਈਲ ਦੇ ਮੈਂ ਇਹ ਨਹੀਂ ਕਹਾਂਦਾ ਇਸਤੇਮਾਲ ਨਾ ਕਰੋ ਇਸ ਮੋਬਾਈਲ ਨੇ ਮੇਰਾ ਮਤਲਬ ਤਬਾਈ ਕਰ ਛੜੀਏ ਜਦੋਂ ਕੁੜੀਆਂ ਦੇ ਹੱਥ ਦੇ ਵਿੱਚ ਮੋਬਾਈਲ ਹੈ ਨੂੰਹਾਂ ਦੇ ਹੱਥ ਦੇ ਵਿੱਚ ਮੋਬਾਈਲ ਪਹਿਲਾਂ ਕਿਤੇ ਹੁੰਦਾ ਸੀ ਮੇਰਾ ਮਤਲਬ ਹੈ ਜਦੋਂ ਭਲਿਆਂ ਸਵਿਆਂ ਦੀ ਗੱਲ ਹੈ ਕਿ ਪੇਕੇਆਂ ਨੂੰ ਨਹੀਂ ਸੀ ਪਤਾ ਹੁੰਦਾ ਵੀ ਉੱਥੇ ਕੀ ਬਣਦਾ ਪਿਆ ਹੁਣ ਰੋਟੀ ਬਾਅਦ ਦੇ ਵਿੱਚ ਪੱਕਦੀ ਫੋਟੋਆਂ ਖਿੱਚ ਕੇ ਤੇ ਉਹ ਪੇਕੇ ਆਪਣੀਆਂ ਹੁੰਦੀਆਂ ਨੇ ਨਨਾਂ ਨਾਲ ਸਾਸ ਨਾਲ ਸਹੁਰੇ ਨਾਲ ਖਾਵੰਦ ਨਾਲ ਦਿਔਰ ਨਾਲ ਜੇਠ ਨਾਲ ਦਰਾਣੀ ਨਾਲ ਜਠਾਣੀ ਨਾਲ ਮੇਰਾ ਮਤਲਬ ਹੈ ਘਰਾਂ ਦੇ ਵਿੱਚ ਯਾਰ ਉਹ ਹੀ ਜਾਂਦੀ ਆ ਬਿਨਬੀ ਇੱਜੀ ਵਿਚੇ ਫੌਰਨ ਅਪਡੇਟ ਜਿਹੜੀ ਹੈ ਨਾ ਉਹ ਤੇ ਮਿਲ ਨਹੀਂ ਹੁੰਦੀ ਕਿ ਸਾਡੇ ਘਾਰ ਦੇ ਵਿੱਚ ਇਸ ਵੇਲੇ ਇਹ ਹੋ ਰਿਹਾ ਪ੍ਰਾਈਵੇਸੀ ਤੇ ਨਾ ਰਹੀ ਯਾਰ ਗੱਲ ਸੁਣੋ ਕਿਹੜਾ ਘਾਰ ਹੈ ਕਿਹੜਾ ਘਾਰ ਹੈ ਕਿ ਜਿਹੜੇ ਘਾਰ ਦੇ ਵਿੱਚ ਮੇਰਾ ਮਤੋਂ ਚੰਗੀ ਮਾੜੀ ਨਹੀਂ ਹੁੰਦੀ ਉੱਚ ਨੀਚ ਨਹੀਂ ਹੁੰਦੇ ਪਾਂਡੇ ਨਾਲ ਪਾਂਡਾ ਖੈ ਪੈਂਦਾ ਇੱਕ ਟੋਕਰੇ ਦੇ ਵਿੱਚ ਰਹਿੰਦੇ ਆ ਤੇ ਜਦੋਂ ਨਿੱਕੀਆਂ ਨਿੱਕੀਆਂ ਗੱਲਾਂ ਬਰਦਾਸ਼ਤ ਨਾ ਨਾ ਕਰੀਏ ਤੇ ਰਿਸ਼ਤੇ ਨਹੀਂ ਨਿਭਦੇ ਨਿਭਾ ਕਰਨ ਵਾਸਤੇ ਅਗਾ ਚੱਲਣ ਵਾਸਤੇ ਜ਼ਿੰਦਗੀ ਦਾ ਸਫ਼ਰ ਤੈਅ ਕਰਨ ਵਾਸਤੇ ਦੋਵਾਂ ਨੂੰ ਮਰਦਾਂ ਨੂੰ ਵੀ ਤੇ ਔਰਤਾਂ ਨੂੰ ਵੀ ਇੱਕ ਦੂਜੇ ਦੇ ਨਾਲ ਸਮਝਣਾ ਸਮਝਾਣਾ ਕੰਪਰੋਮਾਈਜ਼ ਕਰਨਾ ਪੈਂਦਾ ਵਰਨਾ ਰਿਸ਼ਤੇ ਨਹੀਂ ਨਿਭਦੇ ਅੱਲਾਹ ਪਾਕ ਦੀ ਜ਼ਾਤ ਤੁਹਾਨੂੰ ਸਾਰਿਆਂ ਨੂੰ ਆਪਣੇ ਆਪਣੇ ਘਰਾਂ ਦੇ ਵਿੱਚ ਸਕੂਨ ਦੇਵੇ ਅਮਨ ਚੈਨ ਦੇਵੇ ਮੈਂ ਮੁੰਡੂ ਜਿਹੜੀ ਗੱਲ ਸੁਣਾਈ ਇਹ ਰਿਸ਼ਤਾ ਕਰਨਾ ਹੀ ਬੜਾ ਔਖਾ ਤੇ ਜਦੋਂ ਹੋ ਜਾਵੇ ਨਾ ਤੇ ਫਿਰ ਉਹਨੂੰ ਗਾ ਤੋੜ ਚਾੜੀਦਾ ਨਿਭਾਈਦਾ ਕਸਰ ਖਾ ਲਈਦੀ ਯਾਰ ਰਿਸ਼ਤਿਆਂ ਦੇ ਵਿੱਚ ਕਸਰ ਖਾ ਲਈਦੀ ਮੇਰਾ ਮਤਲਬ ਜੇ ਨੂੰਹ ਕੋਲੋਂ ਕੋਈ ਗੱਲ ਹੋ ਗਈ ਤੇ ਜਿਹੜੀ ਸੱਸੇ ਉਹਨੇ ਮਾਂ ਬਣ ਕੇ ਆਪਣੀ ਨੂੰਹ ਧੀ ਬਣਾ ਕੇ ਲਿਆਂਦਾ ਨਾ ਤੇ ਫਿਰ ਤਿਆਂ ਕੋਲੋਂ ਚੰਗੀਆਂ ਮਾੜੀਆਂ ਹੋ ਜਾਂਦੀਆਂ ਨੇ ਕੋਈ ਮੇਰਾ ਮਤਲਬ ਹੈ ਕੋ ਗੱਲ ਬਾਤ ਕੋਈ ਉੱਚ ਨੀਚ ਹੋਈ ਜਾਂਦੀ ਐ ਤੇ ਫਿਰ ਇਸ ਗੱਲ ਦਾ ਛਿੰਨ ਪਾਛੜਨਾ ਡੰਨ ਪਾਛੜਨਾ ਵੀ ਤੂੰ ਆਟਾ ਗੁੰਨਦੀ ਹਿਲਦੀ ਕਿਉਂ ਇਹ ਕਿਹੜੀ ਅਕਲਮੰਦੀ ਤੇ ਉਹ ਜਿਹੜੀ ਨੂੰ ਆਈ ਏ ਉਹ ਧੀ ਬਣ ਕੇ ਆਈ ਏ ਤੇ ਮੇਰਾ ਮਤਲਬ ਏ ਉਹਨੇ ਆਪਣੀ ਸੱਸ ਨੂੰ ਮਾਂ ਸਮਝਿਆ ਜੇ ਮਾਂ ਸਮਝ ਲਿਆ ਫੇਰ ਤੇ ਉਹ ਘਰ ਜੰਨਤ ਬਣ ਗਈ ਨਾ ਤੇ ਜੇ ਉਹਨੂੰ ਸਾਸੀ ਬਣਾ ਕੇ ਰੱਖਣਾ ਤੇ ਤੂੰ ਮੇਰੀ ਸੱਸ ਇਹਦੇ ਸੱਸਾਂ ਹੁੰਦੀਆਂ ਹੀ ਇੰਜ ਦੀਆਂ ਤੇ ਯਾਦ ਰੱਖੀ ਮੇਰੀ ਭੈਣ ਅੱਜ ਤੂੰ ਨੂੰ ਬਣ ਕੇ ਤੇ ਆਪਣੀ ਸੱਸ ਤੋਂ ਏਡੀ ਆਵਾਜ਼ ਆ ਰਹੀ ਨਾ ਤੇ ਕੱਲ੍ਹ ਨੂੰ ਤੂੰ ਵੀ ਸੱਸ ਬੰਨ ਜੋ ਬੀਜ ਨਹੀਂ ਹੈ ਫਿਰ ਵੱਡਣਾ ਨਹੀਂ ਤੇ ਜਿਹੜੇ ਮਰਦ ਨੇ ਉਹਨਾਂ ਨੂੰ ਇਹ ਗੱਲ ਆਖਾਂਗਾ ਜਦੋਂ ਤੁਸੀਂ ਆਪਣੀ ਫੈਮਲੀ ਦੀਆਂ ਆਪਣੇ ਘਰ ਦੀਆਂ ਜ਼ਰੂਰਤਾਂ ਪੂਰੀਆਂ ਨਹੀਂ ਕਰਨੀਆਂ ਜਦੋਂ ਆਪਣੇ ਮੇਰਾ ਮਤਲਬ ਹੈ بیوی ਦੇ ਸਾਰੇ ਲਵਾਜ਼ਮਾਤ ਪੂਰੇ ਨਹੀਂ ਕਰਨੇ ਤੇ ਉਹਨੇ ਕਿਤਨਾ ਕਿਤੋਂ ਤੇ ਫਿਰ ਪੂਰੇ ਕਰਨੇ ਨੇ ਨਾ ਦਾ ਐਂਡ ਗੱਲ ਦਾ ਖਲਾਸਾ ਮੈਂ ਕਾੜਨਾ دین ਇਸਲਾਮ ਤੂੰ ਦੂਰੀ اختیار ਕਰਨ ਦੇ ਨਾਲ ਸਾਰੇ ਪਵਾੜੇ ਪੈਂਦੇ ਨੇ ਮੁਤਾਲਾ ਕਰੋ ਉਸਵਾਏ ਹਸਨਾ উਮਾਤੁਲ ਮੁਮਿਨੇਨ ਪਾਕ ਪੈਗੰਬਰ ਦੀ ਜ਼ਿੰਦਗੀ ਨੂੰ ਸਾਹਮਣੇ ਰੱਖ ਕੇ ਵੇਖੋ ਤੁਹਾਡੀ ਜ਼ਿੰਦਗੀ ਦੁਨੀਆ ਵੀ ਤੇ ਤੁਹਾਡੀ ਆਖਰਤ ਵੀ ਸਬਰ ਜਾਏਗੀ ਔਰ ਮਿਸਾਲੀ ਜ਼ਿੰਦਗੀ ਬਣ ਸਕਦੀ ਹੈ ਅਗਰ ਮੇਰੀ ਗੱਲ ਚੰਗੀ ਲੱਗੀ ਹੋਵੇ ਅੱਗੇ ਸ਼ੇਅਰ ਲਾਜ਼ਮੀ ਕਰ ਛੜੋ ਮੇਰੇ YouTube ਚੈਨਲ ਦਾ ਨਾਮ ਹੈ ਅਬਾਸ ਕਮਨਸਿਆਲ ਕੋਟੀ ਚੰਗੀਆਂ ਚੰਗੀਆਂ ਗੱਲਾਂ ਸੁਣਨ ਤੇ ਵੇਖਣ ਵਾਸਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲੇ ਬੈਲ ਦਾ ਬਟਨ ਆਨ ਕਰ ਲਓ ਤਾਂ ਕਿ ਡੇਲੀ ਜਿਹੜੀ ਨਵੀਂ ਤੋਂ ਨਵੀਂ ਵੀਡੀਓ ਆਏ ਤੁਹਾਨੂੰ ਵੇਖਣ ਨੂੰ ਮਿਲਦੀ ਰਹੇ ਆਪਣਾ ਬੜਾ ਸਾਰਾ ਖਿਆਲ ਰੱਖਿਓ ਜੀ ਮਿਲਨੇ ਆ ਇੱਕ ਨਵੀਂ ਵੀਡੀਓ ਦੇ ਨਾਲ ਅੱਲਾਹ ਸੋਹਣੇ ਦੇ ਵਾਰੇ ਅਸਲਾਮੁਅਲੈਕੁਮ ਵ ਰਹਿਮਤੁਲਲਾਹ